ਦੋਸਤੋ ਸਵਾਗਤ ਹੈ ਤੁਹਾਡਾ ਕ੍ਰੀਏਟਿਵ ਮਾਈਂਡ ਯੂਟਿਊਬ ਚੈਨਲ ਦੇ ਉੱਤੇ। ਅਤੇ ਕਾਫੀ ਸਮੇਂ ਤੋਂ ਬੱਚੇ ਪੁੱਛ ਰਹੀ ਸੀ ਕਿ ਕੌਂਸਲਿੰਗ ਕਦੋਂ ਸਟਾਰਟ ਹੋ ਜਾਵੇਗੀ। ਮੈਰੀਟੋਰੀ ਸਕੂਲ ਦੇ ਲਈ ਜੋ ਐਂਟਰੈਂਸ ਐਗਜ਼ਾਮ ਦਿੱਤਾ ਸੀ ਉਹਨਾਂ ਨੇ, ਤਾਂ ਉਸਦਾ ਓਫੀਸ਼ੀਅਲ ਨੋਟੀਫਿਕੇਸ਼ਨ ਆ ਗਿਆ। ਆਪਾਂ ਉਸ ਓਫੀਸ਼ੀਅਲ ਨੋਟੀਫਿਕੇਸ਼ਨ ਨੂੰ ਪੜ੍ਹਦੇ ਹਾਂ, ਤਾਂ ਉਸ ਤੋਂ ਸਾਰਾ ਕੁਝ ਕਲੀਅਰ ਹੋ ਜਾਵੇਗਾ ਕਿ ਕਦ ਇਸ ਦੀ ਕੌਂਸਲਿੰਗ ਸਟਾਰਟ ਹੋਵੇਗੀ। ਅਤੇ ਉਸ ਤੋਂ ਬਾਅਦ ਕੌਂਸਲਿੰਗ ਸਲਿੱਪ ਕਿਵੇਂ ਜਨਰੇਟ ਕਰਨੀ ਉਹ ਵੀ ਤੁਹਾਨੂੰ ਮੈਂ ਦੱਸ ਦੇਵਾਂਗਾ। ਤਾਂ ਪਹਿਲਾਂ ਆਪਾਂ ਇਸ ਨੋਟੀਫਿਕੇਸ਼ਨ ਨੂੰ ਪੜ੍ਹਦੇ ਹਾਂ। ਤਾਂ ਜਿੱਦਾਂ ਕਿ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਇਟ ਇਜ਼ ਅ ਇੰਟੀਮੇਟਡ ਦੈਟ ਇੰਸਟੀਟਿਊਟ ਆਫ ਆ 25/05/2019, ਬਈ ਜਿਹੜੀ 25 ਤਰੀਕ ਨੂੰ ਕੌਂਸਲਿੰਗ ਹੋਣੀ ਸੀ, ਦੀ ਕੌਂਸਲਿੰਗ ਆਫ ਦੀ ਸਟੂਡੈਂਟਸ ਹੂ ਹੈਡ ਕਲੀਅਰ ਦੀ ਰਿਟਨ ਟੈਸਟ ਸ਼ੈਲ ਨਾਓ ਕਮੈਂਸ ਸੈਮਟਨਿਊਜ਼ਨ ਇਨ ਆਲ ਦੀ ਡਿਸਟ੍ਰਿਕਟ ਹੈੱਡਕੁਆਰਟਰਸ ਵਿਦ ਅਫੈਕਟ ਫਰੋਮ 27/05/2019। ਮਤਲਬ ਕਿ 27 ਤਰੀਕ ਨੂੰ ਤੁਹਾਡੀ ਜੋ ਕੌਂਸਲਿੰਗ ਹੈ ਉਹ ਸਟਾਰਟ ਹੋ ਜਾਵੇਗੀ, ਜਿੱਦਾਂ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਹੈ। ਐਂਡ ਕੰਟੀਨਿਊ ਫਾਰ ਦੀ ਨੈਕਸਟ ਡੇ ਟਿਲ ਇਟ ਇਜ਼ ਕੰਪਲੀਟਡ, ਵੀ ਕੰਟੀਨਿਊਸਲੀ ਹਰ ਇੱਕ ਦਿਨ ਚੱਲੀ ਜਾਵੇਗੀ ਜਦ ਤੱਕ ਇਹ ਕੰਪਲੀਟ ਨਹੀਂ ਹੋ ਜਾਂਦੀ, ਜਦ ਤੱਕ ਸਾਰੇ ਡਿਸਟ੍ਰਿਕਟ ਦੇ ਵਿੱਚ ਜੋ ਵੀ ਤੁਹਾਡੀਆਂ ਸੀਟਸ ਆ ਉਹ ਕੰਪਲੀਟ ਨਹੀਂ ਹੋ ਜਾਂਦੀਆਂ। ਤਾਂ ਦੋਸਤੋ ਇੱਕ ਤਾਂ ਨੋਰਮਲ ਗੱਲ ਵਧੀਆ ਹੈ ਕਿ ਆਪਾਂ ਨੂੰ ਪਤਾ ਚੱਲ ਗਿਆ ਕਿ ਆਪਣੀ ਜਿਹੜੀ ਕੌਂਸਲਿੰਗ ਹੈ ਕਦ ਸਟਾਰਟ ਹੋਵੇਗੀ, 25th ਨੂੰ ਸਟਾਰਟ ਹੋ ਜਾਵੇਗੀ। ਜੋ ਤੁਹਾਡੀ ਸਲਿੱਪ ਜਰਨੇਸ਼ਨ ਹੁੰਦੀ ਹੈ, ਜੋ ਤੁਸੀਂ ਸਲਿੱਪ ਜਨਰੇਟ ਕਰਨੀ ਹੈ, ਉਹ ਅਵੇਲੇਬਲ ਹੋ ਜਾਵੇਗਾ ਜਲਦੀ ਹੀ। ਇਸ 'ਤੇ ਜੋ ਵੀ ਆਪਸ਼ਨ ਹੋਵੇਗਾ, ਮੈਂ ਜਦ ਵੀ ਉਹ ਅਵੇਲੇਬਲ ਹੋਵੇਗਾ ਤਾਂ ਮੈਂ ਤੁਹਾਨੂੰ ਦੱਸ ਦੇਵਾਂਗਾ ਕਿੱਦਾਂ ਸਲਿੱਪ ਜਨਰੇਟ ਕਰਨੀ ਹੈ ਅਤੇ ਤੁਸੀਂ ਕੀ ਨਾਲ ਲੈ ਕੇ ਜਾਣਾ ਹੈ। ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੋਇਆ ਹੈ ਕਿ ਮੈਰੀਟੋਰੀ ਸਕੂਲ ਦੇ ਵਿੱਚ ਕਿੱਦਾਂ ਐਡਮਿਸ਼ਨ ਦੇ ਲਈ ਜੋ ਵੀ ਕਿੰਨੇ ਕਿੰਨੇ ਸੀਟਸ ਹਨ ਉਹਨਾਂ ਬਾਰੇ ਦੱਸਿਆ ਹੋਇਆ ਹੈ ਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ ਦੇ ਵਿੱਚ ਕਿੰਨੀਆਂ ਸੀਟਸ ਹਨ, ਉਸ ਤੋਂ ਬਾਅਦ ਫਿਰੋਜ਼ਪੁਰ, ਗੁਰਦਾਸਪੁਰ, ਸੰਗਰੂਰ ਵਿੱਚ ਕਿੰਨੀਆਂ ਸੀਟਸ ਹਨ ਅਤੇ ਤਲਵਾੜੇ ਵਿੱਚ ਕਿੰਨੀਆਂ ਸੀਟਸ ਹਨ, ਉਹ ਥੱਲੇ ਦਿੱਤਾ ਹੋਇਆ ਹੈ। ਤਾਂ ਦੋਸਤੋ ਇਹੀ ਸੀ ਕਿ ਜੋ ਤੁਹਾਡੀ ਕੌਂਸਲਿੰਗ ਹੈ ਉਹ 27th ਡੇਟ ਤੋਂ ਸਟਾਰਟ ਹੋ ਜਾਣੀ ਹੈ। 27th ਡੇਟ ਤੋਂ ਤੁਹਾਡੀ ਕੌਂਸਲਿੰਗ ਸਟਾਰਟ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਕੰਟੀਨਿਊਸਲੀ ਚੱਲਦੀ ਰਹੇਗੀ। ਤਾਂ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਜਦ ਵੀ ਇਸ ਦੀ ਜਨਰੇਸ਼ਨ ਸਲਿੱਪ ਜਨਰੇਸ਼ਨ ਸਟਾਰਟ ਹੋਵੇਗੀ ਤਾਂ ਤੁਹਾਨੂੰ ਮੈਂ ਦੱਸ ਦੇਵਾਂਗਾ ਕਿੱਦਾਂ ਜਨਰੇਟ ਹੋਵੇਗੀ। ਅਤੇ ਵੀਡੀਓ ਨੂੰ ਜਾਂ ਤੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ, ਜੇਕਰ ਕੋਈ ਸਮੱਸਿਆ ਹੈ ਤਾਂ ਕਮੈਂਟ ਬਾਕਸ ਵਿੱਚ ਟਾਈਪ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।